ਬੀਤੇ ਦਿਨੀ ਸਰਦਾਰ ਮਨਜੀਤ ਕੌਰ ਮਠਾੜੂ ਪਤਨੀ ਸਰਦਾਰ ਗੁਰਦੀਪ ਸਿੰਘ ਮਠਾੜੂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਵਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਪਾਠਾਂ ਦੀ ਭੋਗ ਉਨ੍ਹਾਂ ਦੇ ਗ੍ਰਹਿ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਪਾਉਣ ਉਪਰੰਤ ਅੰਤਮ ਅਰਦਾਸ ਸ਼ਗਨ ਪੈਲੇਸ ਧਰਮਕੋਟ ਵਿਖੇ ਕੀਤੀ ਗਈ। Thank you.
ਸਾਡੇ ਹਜ਼ੂਰ ਟਕਮਾ ਪਾਸ ਮਿੰਨਤਾਂ ਕਰਦਾ ਅਰਦਾਸ ਬੇਨਤੀ ਰਾਣਾ ਰਾਵਣ ਕੋਰਾ ਹੈ ਰਾਮ ਗ੍ਰੰਥ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਦੇ ਧੀਰ ਦੇ ਮਾਂ ਕੰਸਾਰ ਆਪਜੀ ਦੇ ਦਰ ਉੱਪਰ ਭੇਜੇ ਹੋਏ ਮਾਤਾ ਮਨਜੀਤ ਕੌਰ ਜਿਤਨੀ ਸਵਾਸਾਂ ਦੀ ਪੂੰਜੀ ਆਪਜੀ ਨੇ ਬਖਸ਼ ਕੀਤੀ ਸੀ ਤੇ ਸੰਭੋਗ ਕੇ ਪ੍ਰਲੋਕ ਗਮਨ ਕਰਕੇ ਸਨ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਪਿੱਛੇ ਪਰਿਵਾਰ ਦੇ ਭਲੇ ਵਾਸਤੇ ਗ੍ਰਹਿਣ ਖੇਤਰੀ ਸੈਰ ਕਰਦਾ ਪ੍ਰਕਾਸ਼ ਹੋਏ ਸਨ ਆਜ਼ਾਦੀ ਦੀ ਕਿਰਪਾ ਕਰਕੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲਾਂ ਵਿਚ ਦੇ ਪਾਤਸ਼ਾਹ ਜੀ ਨਵਿਛੜੀ ਰੂਹ ਦੇ ਨਿਮਿਤ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬੇਅੰਤ ਫੁੱਲਾਂ ਹੋਈਆਂ ਅੱਗੇ ਉੱਤੇ ਚੜਨਾ ਸਮਾਧ ਵਰਸ਼ਨੀ ਸੁੱਧ ਮਨ ਮਨ ਦੀ ਕਾਗਰਤਾ ਬਾਣੀ ਪੜ੍ਹਨ ਦੀ ਕੀਰਤਨ ਕਰਨ ਦੀ ਸਰਾਥਾ ਵਰਸ਼ ਕਰਨੀ ਬਾਣੀ ਦਾ ਭਾਵ ਕੀਰਤਨ ਦਾ ਭਾਵ ਪਿਛੜੀ ਰੂਹ ਨੂੰ ਬਖਸ਼ ਕਰਨਾ ਤੇ ਪਾਤਸ਼ਾਹ ਜੀ ਕਿਰਪਾ ਕਰਨੀਆਂ ਇਸ ਜੀਵ ਤੋਂ ਇਸ ਸੰਸਾਰ ਦੇ ਵਿਚਰਦਿਆਂ ਬੇਅੰਤ ਭੁੱਲਾਂ ਹੋਈਆਂ ਭੁੱਲਾਂ ਨੂੰ ਨਾ ਨਿਤਾਰਨਾ ਜੈਸਾ ਵਾਰ ਭਾਏ ਸੁਭਾਈ ਤੱਕ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁਪਾਤੀ ਮੌੜ ਪਿਤਾ ਗੱਲ ਆਵੈ ਪਿਛਲੇ ਭਗਤਾਂ ਬਖਸ਼ ਰਹੇ ਸਭ ਆਗੇ ਮਾਰਗ ਪਾਵੇ ਆਪਣੇ ਚਰਨਾਂ ਨਾਲ ਜੋੜਨਾ ਪਿੱਛੇ ਪਰਿਵਾਰ ਨੂੰ ਸਾਰ ਸੰਬੰਧੀਆਂ ਨੂੰ ਭਾਣਾ ਮੰਨਣ ਦੀ ਬਲ ਦੀ ਤਾਰ ਬਖਸ਼ ਕਰਨੀ ਘਰ ਦੇ ਸੁੱਖ ਸ਼ਾਂਤੀ ਤੇ ਉਪਾਰ ਬਖਸ਼ ਕਰਨਾ ਵੀਰ ਸਤਨਾਮ ਭੈਣ ਜੀ ਹੋਣੀ ਛੋਟਾ ਵੀਰ ਜਿੰਦਰ ਉਹਨਾਂ ਨੂੰ ਇਹ ਭਾਣਾ ਮੰਨਣ ਦੀ ਸਮਰੱਥਾ ਬਖਸ਼ ਕਰਨ ਅਤੇ ਜੋ ਪਰਿਵਾਰ ਜੋ ਪਿਆਰ ਸਾਡੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਇਹਨਾਂ ਨੂੰ ਨਹੀਂ ਦੇ ਸਕੇ ਜਿੰਨਾ ਉਹਨਾਂ ਦਾ ਸੰਬੰਧ ਸੀ ਉਹ ਆਪਣਾ ਭੁਗਤਾ ਕੇ ਸੰਸਾਰ ਵਿੱਚ ਚਲੇ ਗਏ ਉਹ ਪਰਿਵਾਰ ਸਤਿਗੁਰੂ ਕਿਰਪਾ ਕਰਨ ਭਾਈ ਸਾਹਿਬ ਗੁਰਦੀਪ ਸਿੰਘ ਉਹਨਾਂ ਤੋਂ ਬੱਚਿਆਂ ਨੂੰ ਪ੍ਰਾਪਤ ਹੋਵੇ ਪਿਤਾ ਦਾ ਪਿਆਰ ਤਾਂ ਉਹਨਾਂ ਦੇਣਾ ਸੀ ਸਤਿਗੁਰੂ ਕਿਰਪਾ ਕਰਨ ਮਾਤਾ ਦਾ ਪਿਆਰ ਵੀ ਉਹ ਇਹਨਾਂ ਨੂੰ ਦੇਣ ਅਤੇ ਕਦੇ ਵੀ ਉਹ ਕਮੀ ਮਹਿਸੂਸ ਨਾ ਹੋਵੇ ਸਤਿਗੁਰੂ ਕਿਰਪਾ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੰਦਿਰ ਵਿੱਚ ਸਾਡੀ ਭੈਣ ਮਨਜੀਤ ਕੌਰ ਜੀ ਦੀ ਅੰਤਮ ਅਰਦਾਸ ਨੂੰ ਸ਼ਾਮਲ ਹੋਣ ਵਾਸਤੇ ਪਹੁੰਚੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅੱਜ ਇਹ ਲਿਖਿਆ ਤੇ ਇਹ ਹੁਕਮ ਕਮਾਏ ਸਾਡੇ ਆਏ ਨਾਨਕਾ ਸੱਜੇ ਉੱਤੇ ਜਾਏ ਦੇ ਮਹਾਂਵਾਕ ਅਨੁਸਾਰ ਅੱਜ ਸਾਡੇ ਅਤਿ ਸਤਿਕਾਰਯੋਗ ਭੈਣ ਮਨਜੀਤ ਕੌਰ ਜੀ ਧੰਨ ਪਤਨੀ ਸਰਦਾਰ ਹਰਜੀਤ ਸਿੰਘ ਜੀ ਮਠਾੜੋ ਪੁੱਤਰੀ ਸਰਦਾਰ ਜਾਗਰ ਸਿੰਘ ਜੀ ਪਿੰਡ ਥੱਲੇ ਕੇ ਉਹ ਸਾਡੇ ਕੋਲ ਸਦਾ ਲਈ ਇਸ ਜਹਾਨ ਤੋਂ ਚਲੇ ਗਏ ਅੱਜ ਅਸੀਂ ਸਾਰੇ ਭੈਣ ਮਨਜੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਪਹੁੰਚੇ ਹਾਂ ਭੈਣ ਜੀ ਬਾਰੇ ਆਪ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਬਹੁਤ ਹੀ ਧਾਰਮਿਕ ਅਤੇ ਸਾਰੀ ਸੋਚ ਦੇ ਮਾਲਕ ਸਨ ਔਰ ਉਹਨਾਂ ਦੇ ਜਾਣ ਦੇ ਨਾਲ ਉੱਥੇ ਮਠਾੜੂ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਹੈ ਉੱਥੇ ਸਮਾਜ ਨੂੰ ਔਰ ਧਾਰਮਿਕ ਜਥੇਬੰਦੀਆਂ ਨੂੰ ਅਤੇ ਸੋਸ਼ਲ ਜੋ ਸੁਸਾਇਟੀਆਂ ਉਹਨਾਂ ਨੂੰ ਵੀ ਬਹੁਤ ਵੱਡਾ ਘਾਟਾ ਹੈ ਕਿਉਂਕਿ ਜਦੋਂ ਵੀ ਧਾਰਨਕੋਟ ਦੇ ਵਿੱਚ ਜਾਂ ਨੇੜੇ ਤੇੜੇ ਪਿੰਡਾਂ ਦੇ ਵਿੱਚ ਕੋਈ ਵੀ ਸਮਾਜ ਦੇ ਵਿੱਚ ਸਮਾਜਿਕ ਹੁੰਦਾ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਜਾਂ ਕੋਈ ਵੀ ਲੋੜਵੰਦ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਉਹਨੇ ਉਹਨਾਂ ਨੇ ਭੈਣ ਜੀ ਮਨਜੀਤ ਕੌਰ ਜੀ ਨੂੰ ਮਿਲਣਾ ਉਹਨਾਂ ਨੇ ਬਿਨਾਂ ਸਰਦਾਰ ਹਰਜੀਤ ਸਿੰਘ ਜੀ ਮਠਾੜੂ ਨੂੰ ਪੁੱਛੇ ਬਿਨਾਂ ਉਹਨਾਂ ਨੇ ਹਮੇਸ਼ਾ ਉਹਨਾਂ ਦੀ ਧੰਨ ਨਾਲ ਜਿੰਨੀ ਵੀ ਉਹਨਾਂ ਦੀ ਮਦਦ ਹੋ ਸਕਦੀ ਕਰਦੇ ਰਹੇ ਚਾਹੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਕੋਈ ਸੇਵਾ ਲੱਗੀ ਕਿਤੇ ਵੀ ਉਹਨਾਂ ਦੀ ਸੇਵਾ ਲੱਗੀ ਤਾਂ ਉਹਨਾਂ ਨੇ ਬੜੀ ਸੇਵਾ ਨਿਭਾਈ ਪਰ ਦੁਖਦਾਈ ਗੱਲ ਇਹ ਹੈ ਕਿ ਉਹਨਾਂ ਦਾ ਜਿਹੜਾ ਸਮਾਂ ਜੇ ਜਾਣਦਾ ਨਹੀਂ ਸੀ ਉਹ ਬਹੁਤ ਹੀ ਘੱਟ ਉਮਰ 45 ਸਾਲ ਦੀ ਉਮਰ ਭੋਗ ਕੇ ਸਾਡੇ ਕੋਲ ਚਲੇ ਗਏ ਹਜੇ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਜੋ ਕਾਰੋਬਾਰ ਜੋ ਬੱਚਿਆਂ ਦੀਆਂ ਸ਼ਾਦੀਆਂ ਕਰਨੀਆਂ ਸਨ ਇਹ ਸਾਰੀਆਂ ਜੋ ਗੱਲਾਂ ਵੱਧ ਬਟਾਇਆ ਛੱਡ ਕੇ ਸਾਡੇ ਕੋਲ ਚਲੇ ਗਏ ਆਪਾਂ ਸਾਰਿਆਂ ਨੇ ਰਲ ਮਿਲ ਕੇ ਭੈਣ ਜੀ ਮਨਜੀਤ ਕੌਰ ਜੀ ਦੀ ਅੰਤਮ ਅਰਦਾਸ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਹੈ ਆਪਣੇ ਕੋਲ ਇਸ ਤੋਂ ਬਾਅਦ ਹੋਰ ਵੀ ਚਾਰਾ ਨਹੀਂ ਕਿਉਂਕਿ ਜੋ ਅਕਾਲ ਪੁਰਖ ਦਾ ਹੁਕਮ ਹੈ ਉਹ ਹੁਕਮ ਦੇ ਮੁਤਾਬਕ ਹੀ ਸਾਨੂੰ ਜਾਣਾ ਪੈਂਦਾ ਉਹਦੇ ਹੁਕਮ ਮੁਤਾਬਕ ਹੀ ਸਾਨੂੰ ਜਾਣਾ ਪੈਂਦਾ
ਔਰ ਅੱਜ ਅਕਾਲ ਪੁਰਖ ਦਾ ਹੁਕਮ ਜੋ ਉਹਨਾਂ ਨੂੰ ਮਿਲਿਆ ਹੋ ਕੇ ਸੁਣ ਕੇ ਚਲੇ ਗਏ। ਅੱਜ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਉਹਨਾਂ ਨੂੰ ਸ਼ਰਧਾ ਦੇ ਪੁਰਖ ਭੇਟ ਕਰਨ ਵਾਸਤੇ ਪਹੁੰਚੀ ਹੈ। ਸਰਦਾਰ ਗੁਰਜੀਤ ਸਿੰਘ ਜੀ ਮਠਾੜੂ ਜਿਹੜੇ ਕਿ ਕੱਲ੍ਹ ਧਰਮਕੋਟ ਦੇ ਨਹੀਂ ਬਲਕਿ ਮਾਲਵੇ